परिवार को मिले हाँ जिन्ना के बारे उन्होंने बारे जानिया है अपने पूरे जीवन के अजिहे कार्य करके गए जिन्हों रेंदे समय तक याद करके जाने जाता रहे। सत श्री अकाल मेरे वालों वाहेगुरु जी का खालसा वाहेगुरू जी की फतेह।
ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਸਾਡੇ ਦਾਦਾ ਜੀ ਨੂੰ ਅੰਤਿਮ ਵਿਦਾਈ ਦੇਣ ਲਈ। ਅਸੀਂ ਐਜ਼ ਗ੍ਰੈਂਡ ਚਿਲਡਰਨ ਵਟ ਮੋਸਟ ਇੰਪੋਰਟੈਂਟ ਵੈਲਿਊਜ਼ ਜਿਹੜੀਆਂ ਅਸੀਂ ਉਹਨਾਂ ਤੋਂ ਸਿੱਖੀਆਂ ਵਾਸ ਡਿਸਿਪਲਿਨ, ਹਾਰਡ ਵਰਕ ਅਤੇ ਇੱਕ ਐਜੂਕੇਸ਼ਨ ਦੀ ਇੰਪੋਰਟੈਂਸ ਕੀ ਹੈ ਲਾਈਫ 'ਚ। ਇਟ ਵਾਸ ਬਿਕੋਜ਼ ਆਫ ਹਿਮ ਅਸੀਂ ਅੱਜ ਜੇ ਕੁਝ ਜ਼ਿੰਦਗੀ 'ਚ ਅਚੀਵ ਕਰ ਸਕੇ ਹਾਂ ਜਾਂ ਅੱਗੇ ਕਰਾਂਗੇ ਤਾਂ ਉਹਨਾਂ ਵੱਲੋਂ ਰੱਖੀ ਗਈ ਫਾਊਂਡੇਸ਼ਨ ਜਾਂ ਨੀਂਹ ਕਰਕੇ ਹੀ ਅਸੀਂ ਅੱਜ ਜ਼ਿੰਦਗੀ ਜਿੱਥੇ ਵੀ ਖੜ੍ਹੇ ਹਾਂ ਉੱਥੇ ਹੈਗੇ ਹਾਂ। ਅਸੀਂ ਸਿਰਫ ਉਸ ਓਪਰਚੁਨਿਟੀਜ਼ ਨੂੰ ਯੂਜ਼ ਕੀਤਾ ਜਿਹੜੀਆਂ ਸਾਨੂੰ ਪ੍ਰੋਵਾਈਡ ਕੀਤੀਆਂ ਨੇ, ਸਾਨੂੰ ਮਿਲੀਆਂ ਨੇ। ਸਾਨੂੰ ਆਪਣੀਆਂ ਬਚਪਨ ਦੀਆਂ ਸਟੋਰੀਜ਼ ਸੁਣਾਉਂਦੇ ਹੁੰਦੇ ਸੀ ਕਿਵੇਂ ਹਿਸ ਟ੍ਰਾਂਜ਼ਿਸ਼ਨ ਫਰੋਮ ਬੀਂਗ ਅ ਲਾਸਟ ਬੈਂਚਰ ਇਨ ਕਲਾਸ ਟੂ 27 ਈਅਰਸ ਦੀ ਏਜ 'ਚ ਡਿਸਟ੍ਰਿਕਟ ਟ੍ਰੈਜਰੀ ਆਫਿਸਰ ਬਣ ਗਏ ਸੀਗੇ ਐਂਡ ਦੈਨ ਹੀ ਰਿਟਾਇਰਡ ਐਜ ਡਾਇਰੈਕਟਰ ਫਾਈਨੈਂਸ ਡਿਪਾਰਟਮੈਂਟ। ਸੋ ਉਹਨਾਂ ਦੀਆਂ ਘਰ ਦੇ ਹਾਲਾਤ ਜਾਂ ਨੂੰ ਉਹਨਾਂ ਨੇ ਫਾਈਟ ਕੀਤਾ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਤਰੱਕੀ ਕੀਤੀ, ਵਿਚ ਇਜ਼ ਅ ਡੀਪ ਸੋਰਸ ਆਫ ਇੰਸਪੀਰੇਸ਼ਨ ਅਤੇ ਮੋਟੀਵੇਸ਼ਨ ਸਾਡੇ ਲਈ। ਅੱਗੇ ਉਹਨਾਂ ਨੇ ਸਾਡੀ ਦਾਦੀ ਜੀ ਨਾਲ ਰਲ ਕੇ ਇੱਕ ਘਰ ਬਣਾਇਆ, ਸਾਨੂੰ ਇੱਕ ਘਰ ਦਿੱਤਾ, ਇੱਕ ਪਰਿਵਾਰ ਦਿੱਤਾ। ਹਾਊ ਟੂ ਲਿਵ ਇਨ ਅ ਜੁਆਇੰਟ ਫੈਮਿਲੀ, ਛੋਟੀਆਂ ਛੋਟੀਆਂ ਐਡਜਸਟਮੈਂਟਸ ਕਰਨੀਆਂ, ਦਾ ਵੈਲਿਊਜ਼ ਆਫ ਲਵਿੰਗ ਕੇਅਰ ਕਰਨੀ ਇੱਕ ਦੂਜੇ ਦੀ, ਸ਼ੇਅਰਿੰਗ ਕਰਨਾ ਇੱਕ ਦੂਜੇ ਨਾਲ। ਇਟ ਇਜ਼ ਬਿਕੋਜ਼ ਆਫ ਆਰ ਗ੍ਰੈਂਡ ਪੇਰੈਂਟਸ ਅਸੀਂ ਇਹ ਸਭ ਕੁਝ ਸਿੱਖ ਸਕੇ ਹਾਂ। ਫਿਜ਼ੀਕਲੀ ਚਾਹੇ ਉਹ ਸਾਡੇ ਨਾਲ ਅੱਜ ਨਹੀਂ ਹੈਗੇ ਬਟ ਉਹਨਾਂ ਦੀਆਂ ਵੈਲਿਊਜ਼, ਉਹਨਾਂ ਦੀਆਂ ਟੀਚਿੰਗਸ, ਵੀ ਵਿਲ ਆਲਵੇਜ਼ ਕੀਪ ਇਟ ਅਲਾਈਵ ਅਤੇ ਇਟਸ ਅ ਪ੍ਰੋਮਿਸ ਟੂ ਹਿਮ ਕਿ ਅਸੀਂ ਉਹਨਾਂ ਨੂੰ ਸਾਡੇ 'ਤੇ ਮਾਣ ਰਹੇਗਾ ਅਤੇ ਅਸੀਂ ਹਮੇਸ਼ਾ ਉਹਨਾਂ ਦਾ ਨਾਮ ਨਾ ਹੀ ਰੋਸ਼ਨ ਕਰਦੇ ਹਾਂ। ਤੁਹਾਨੂੰ ਸਰਦਾਰ ਗੁਰਚਰਨ ਸਿੰਘ ਦੇ ਬਾਰੇ ਉਹਨਾਂ ਦੇ ਬੇਟੇ ਨੇ, ਉਹਨਾਂ ਦੀ ਗ੍ਰੈਂਡ ਡਾਟਰ ਨੇ ਦੱਸਿਆ ਹੈ ਕਾਫੀ। ਮੈਂ ਇਸ ਚੀਜ਼ ਵੱਲ ਜਿਹੜਾ ਹੈਗਾ ਥੋੜ੍ਹਾ ਕੱਟ ਜਾਵਾਂਗਾ, ਪਰ ਮੈਂ ਉਸ ਚੀਜ਼ ਵੱਲ ਜਾਵਾਂਗਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੀ ਕੀਤਾ। ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਹੂ ਵਾਜ਼ ਹੀ, ਵਟ ਡਿਡ ਹੀ ਡੂ, ਕੌਣ ਸੀ, ਪਹਿਚਾਣ ਕੀ ਸੀ ਔਰ ਜ਼ਿੰਦਗੀ 'ਚ ਕੀ ਕੀਤਾ। ਔਰ ਨਾਲ ਹੀ ਉਹਦੇ ਇਹ ਵੀ ਹੈ ਕਿ ਡਜ਼ਨਟ ਮੈਟਰ ਹੂ ਆਰ ਯੂ, ਇਟ ਮੈਟਰ ਵਟ ਯੂ ਡੂ। ਇਹ ਕੋਈ ਗੱਲ ਨਹੀਂ ਹੈ ਵੀ ਤੁਸੀਂ ਕੌਣ ਹੋ, ਵੱਡੇ ਜਿਹੜੇ ਵੱਡੇ ਬਹੁਤ ਵੱਡੇ ਬਣ ਗਏ ਹੋ ਜਾਂ ਕਿਸ ਤਰ੍ਹਾਂ ਦੇ ਵੀ ਹੋ, ਇਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਵੀ ਤੁਸੀਂ ਕੀਤਾ ਕੀ ਹੈ। ਸਰਦਾਰ ਗੁਰਚਰਨ ਸਿੰਘ ਨੂੰ ਮੈਂ ਪਹਿਲੀ ਦਫ਼ਾ ਮਿਲਿਆ ਸੀ ਪਟਿਆਲੇ ਜਦੋਂ ਅਸੀਂ ਦੋਨੋਂ ਰਿਸਰਚ ਟੈਕਨੀਸ਼ੀਅਨ ਸਿਲੈਕਟ ਹੋਏ ਸੀ ਗੌਰਮੈਂਟ ਮੈਡੀਕਲ ਕਾਲਜ ਦੇ ਵਿੱਚ। ਉਹ ਜਿਹੜੀ ਸੀਗੀ ਮਿਲਾਪ ਬਾਅਦ ਦੋਸਤੀ ਵਿੱਚ, ਭਾਈਚਾਰੇ ਵਿੱਚ ਔਰ ਬਿਲਕੁਲ ਭਰਾਵਾਂ ਵਾਲੀ ਗੱਲ ਜਿਹੜੀ ਹੈ ਉਹ 'ਚ ਹੋ ਗਿਆ। ਅੱਜ 62 ਸਾਲ ਉਸ ਚੀਜ਼ ਨੂੰ ਹੋ ਗਏ। ਸਰਦਾਰ ਜਤਿੰਦਰਪਾਲ ਸਿੰਘ ਜੀ, ਉਹਨਾਂ ਦੇ ਵਿਚਕਾਰਲੇ ਸਪੁੱਤਰ ਜੋ ਆਸਟ੍ਰੇਲੀਆ 'ਚ ਰਹਿੰਦੇ ਨੇ, ਆਏ ਹੋਏ ਨੇ, ਡਾਇਸ ਤੋਂ ਬੋਲਦੇ ਬੋਲਦੇ ਭਾਵੁਕ ਹੋਏ। ਉਹਨਾਂ ਦਾ ਭਾਵੁਕ ਹੋਣਾ ਵਾਜਬ ਹੈ ਕਿਉਂਕਿ ਅਜਿਹੀਆਂ ਗੱਲਾਂ ਚੇਤੇ ਆਉਂਦੀਆਂ ਹਨ ਬਚਪਨ ਦੀਆਂ, ਬੀਤੇ ਸਮੇਂ ਦੀਆਂ, ਜਦੋਂ ਪਿਤਾ ਨੇ ਪੁੱਤਰ ਨੂੰ ਉਂਗਲੀ ਫੜ ਕੇ ਚਲਾਉਣਾ, ਚੱਲਣਾ, ਸੰਭਲਣਾ ਅਤੇ ਜੀਵਨ ਜਾਂਚ ਦੇ ਗੁਰ ਦਿੱਤੇ ਹੁੰਦੇ ਨੇ। ਉਹਨਾਂ ਦੀ ਪੋਤਰੀ ਡਾਕਟਰ ਗੁਰਪਾਲ ਸਿੰਘ ਜੀ ਦੀ ਬੇਟੀ ਬੜੇ ਹੀ ਖਰਮੇ ਦੇ ਵਿੱਚ ਬੜੀਆਂ ਵਧੀਆ ਗੱਲਾਂ ਸਾਨੂੰ ਦੱਸ ਕੇ ਗਏ ਕਿ ਕਿਸ ਤਰ੍ਹਾਂ ਸਾਨੂੰ ਦਾਦਾ ਜੀ ਨੇ ਵੈਲਿਊ ਸਾਡੇ ਵਿੱਚ ਇੰਟਰਗ੍ਰੇਟ ਕੀਤੀਆਂ ਅਤੇ ਉਹਨਾਂ 'ਤੇ ਪਹਿਰਾ ਦਿੰਦੇ ਹੋਏ ਪਰਿਵਾਰ ਸਫਲਤਾਪੂਰਵਕ, ਨਿਮਰਤਾਪੂਰਵਕ ਸਮਾਜ ਦੇ ਵਿੱਚ ਅੱਗੇ ਵੱਧ ਰਿਹਾ ਹੈ। ਇਸੇ ਤਰ੍ਹਾਂ ਹੀ ਸਮਾਜ ਵਿੱਚ ਵਿਚਰਦਾ ਰਹੇ, ਅਸੀਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਬੋਲੇ ਸੋ ਨਿਹਾਲ। ਸੋ ਆਈਆਂ ਸੰਗਤਾਂ ਨੂੰ ਇੱਕ ਵਾਰ ਬੇਨਤੀ ਕਰਦੇ ਹਾਂ ਕਿ ਕੜਾਹ ਪ੍ਰਸ਼ਾਦ ਦੇ ਉਪਰੰਤ ਉੱਪਰ ਭਾਈ ਘਨੱਈਆ ਹਾਲ ਦੇ ਵਿੱਚ ਗੁਰੂ ਦਾ ਲੰਗਰ ਚੱਲ ਰਿਹਾ ਹੈ। ਜਿਨ੍ਹਾਂ ਸੰਗਤਾਂ ਨੇ ਲੰਗਰ ਨਹੀਂ ਛਕਿਆ ਉਹ ਛੱਕ ਕੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Yeah.
जमन मन बड़ा बिछोड़ा बड़ा जमन मरण वड़ा वड़ा बिछोड़ा वड़ा बिछोड़ा Thank you.
Thank you.
ਨਾਨਕ ਸੁਤੀ ਸਾਹਿਬ ਜੀ ਦੇ ਦਰਬਾਰ
Yeah.
Yeah.
ਧਰਮ ਪਿਆ ਮੇਰੀ ਮਾਏ ਸਤਿਗੁਰੂ ਮਹਿਮਾ ਸਤਿਗੁਰ ਦਾ ਪਾਇਆ ਸਹਿਜ ਸੇਹੀ ਮਨ ਮੰਜੀਆਂ ਸਾਰਾ ਰਾਵ ਰਤਨ ਪਰਵਾਜ ਹਰੀਆਂ ਸ਼ਬਦ ਦਾ ਵਡਿਆਣਾ ਸਭ ਤੋਂ ਦਾਸ ਦਾ ਹਰੀ ਤੇਰਾ ਮਨ ਜਿਨੀ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ
ਚੌਂਕੀਆਂ ਚੜੇ ਉਗੇ ਗੋਜ ਕਟਕ ਧਰਮ ਦਾ ਜੈਕਾਰ ਬੁਲ ਜੀ ਸਿੱਖਾਂ ਦਾ ਮਣੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਹਨਾਂ ਦੇ ਪੂਰੇ ਦਰਸ਼ਨ ਦੀ ਦਾਤ ਤੇ ਸੇਵਾ ਸੁਭਾਅ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਅਜਿਹਾ ਤੇਰੇ ਲਿਖਿਆ ਤੇਰਾ ਹੁਕਮ ਕਮਾਵੇ ਘੱਲੇ ਆਵੇ ਨਾਨਕ ਸਦੇ ਉੱਠੀ ਜਾਏ ਤੇ ਮਾਂ ਬਾਲਕਾਂ ਨੂੰ ਸਰਦਾਰ ਕਰਦੇ ਪ੍ਰੀਤਵਾਨ ਸਰਦਾਰ ਗੁਰਚਰਨ ਸਿੰਘ ਜੀ ਆਪ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਤੇ ਭੋਗਦਿਆਂ ਅਕਾਲ ਚਲਾਣਾ ਕਰ ਗਏ ਇਹਨਾਂ ਦੇ ਨਿਮਿੰਤ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਆਸਰਾ ਤੱਕ ਪਾਵਨ ਅਸਥਾਨਾਂ ਤੇ ਪਹੁੰਚ ਕੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਅੰਦਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਬਾਣੀ ਦੇ ਜਾਪ ਕੀਤੇ ਗਏ ਅੱਖਰ ਵਾਧਾ ਘਾਟਾ ਭੁੱਲ ਚੁੱਕ ਨਵਾਬ ਕਰਨਾ ਅੱਗੇ ਤੋਂ ਸ਼ੁੱਧ ਸਪੱਸ਼ਟ ਬਾਣੀ ਦੇ ਜਾਪ ਕਰਨ ਦੀ ਮਤ ਬੁੱਧ ਸਮਰੱਥਾ ਬਖਸ਼ਣੀ ਦਇਆਈ ਸੰਤ ਦੀ ਹਾਜ਼ਰੀ ਤਿਲ ਬੁੱਧ ਭੇਟਾ ਪ੍ਰਮਾਣ ਕਰਨੀ ਦਰੋ ਧਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣੀ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਨਾਮ ਜਪੇ ਕਰੋ ਕਿਰਪਾ ਮਿੱਠੀ ਪਿਆਰੀ ਅਸੀਸ ਹੁਕਮ ਬਖਸ਼ੋ ਹੁਕਮ ਦੇ ਚੱਲਣ ਦੀ ਸਮਰੱਥਾ ਬਖਸ਼ਣੀ ਸਰਬੱਤ ਦੇ ਕਾਰਜ ਆਸ ਕਰਨੇ ਸਹੀ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਣਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਜ ਰਹੱਸ ਮਨ ਉਪਜਿਓ
सगले दुख पलायणा रसना गुण गोपाल निद गायणा शांत सहज रहस मन उपजयो सगले दुख पलायणा रहाओ जो मांगे सोई पावे सेव हर के चरण रसायणा जन्म मरण दोहू ते छूटे भव जग जगत तरायणा खोजत खोजत तत विचार्यो दास गोविंद परायणा अबनासी खेम चाहे जे नानक सदा सिमर नारायण खोजत खोजत तत विचार्यो दास गोविंद परायण अबनासी खेम चाहे जे नानक सदा सिमर नारायण वाहेगुरु जी का खालसा वाहेगुरु जी की फतेह वाहेगुरु जी की फतेह। अज असीं सारे संगति रूप दे विच उस विछड़ी आत्मा सरदार गुरचरण सिंह जी जो पिछले दिनी अकाल चलाना कर गए उन्होंने अंतिम अरदास शामिल होए हाँ। सरदार गुरचरण सिंह जी जिन्ना को उन्होंने परिवार को मिले हाँ जिन्ना को बारे उन्होंने बारे जानिया है अपने पूरे जीवन दे विच अजिहे कार्ज करके गए जिन्हां नूं रहिंदे समय तक याद करके जाने जाता रहे। समुची गुरद्वारा साहिब की प्रबंधक कमेटी जिथे परिवार के नाल दुख सुख की भाईवाल है उत्थे नाल ही हमदर्दी अते शरदा के फुल भेंट करती है। मौत बारे बड़ा कुछ कहा जा सकता है। शरीरक रूप दे विच कोई भी व्यक्ति साढ़े जेकर अच नहीं है तो उसके किए गए जीवन भर के कम्मां अते समाज में किस तरह विच रहा है उसनू याद किया जा सकता है। सो भावें सरदार गुरचरण सिंह जी अज साढ़े विच नहीं हैं पर जो समाज में परिवार को सीधा दे के गए ने उन्हां नू हमेशा याद किया जाता रहेगा। उन्होंने तीन बेटे डॉक्टर तेजपाल सिंह जी सरदार सतिंदरपाल सिंह जी जो आस्ट्रेलिया तो आए ने 1994 आस्ट्रेलिया मूव करके सन अते हरिंदरपाल सिंह जी अपनों अपने कार्यों में वधिया नामना खट रहे ने समाज की सेवा कर रहे हैं। सो मैं सब तो पहला डायस ते बुलाउंदा हाँ जतिंदरपाल सिंह जी उन्होंने सपुत्र उन्हां बारे कुछ संखेप विच तुहानूं दस्सणगे अते आईआं संगतां दा धन्नवाद करनगे सतिंदरपाल सिंह। गुरु प्यारी साध संगत जी वाहगुरु जी का खालसा वाहगुरु जी की फतेह। जिदा वीर जी ने दसिया दास का नाम जतिंदरपाल सिंह सरदार गुरचरण सिंह जी का विचकारला बेटा आस्ट्रेलिया तो सब तो पहला साध संगत तुहाडा सारिआं दा बहुत बहुत धन्नवाद। तुसीं अपना कीमती समा कढ के पिता जी दे अंतिम अरदास विच शामिल हो के अज साडा दुख वंडा रहे हो। तुहाडी हाजरी विच मैं अपने पिता जी नूं 4-5 मिनट तुहाडे लै के बहुत संखेप जे शब्दां विच श्रद्धांजलि भेंट करनी चाहुंदा हाँ। अते पिता जी दी जीवनी अते शख्सियत बारे तुहाडे नाल कुछ सांझ पावांगा। मेरे पिता जी दे गुणा की गिनती नहीं हो सकती। बहुत ही ईमानदार सच्चे सुच्चे नेक इंसान मन विच कोई चलाकी नहीं
पढ़ाई दे बहुत बहुत शौकीन बचपन विच उन्हां दा स्कूल कॉलेज बहुत दूर कई किलोमीटर कच्चे रस्ते कच्चियां डस्ट डर्ट रोड्स कॉलेज उस तो भी अगे होर भी दूर पर पिता जी बहुत लगन नाल पढ़ाई करते सन। 12 क्लासा पास करन तो बाद उन्हां नूं इंजीनियरिंग कॉलेज विच दाखला मिल रहा सी पर माली हालत कमजोर होण करके पिता जी फीस नहीं दे सकते सन पर फिर भी ना चीज़ां तो चीज़ करे मेरा गोबिंद तेरी कुदरत तो कुरबान दे महावाक अनुसार उन्होंने कंपीटिशन लड़द्या लड़द्या सिर्फ 26-27 साल की उम्र विच बहुत उच्ची पदवी पाई फिर लगातार 30 साल उन्होंने बहुत उच्चिया उच्चिया पोजिशन के काम किया। पढ़ाई दे अपनी नौकरी के दौरान उन्होंने दो वड्डे कोर्स भी किए एक LLB का एक बिजनेस मैनेजमेंट का। कोई उन्होंने जरूरत नहीं सी पढ़न की पर पढ़ाई के शौक करके देखो उन्होंने अच्छा फस्ट सैकेंड आते रहे इन्होंने कोर्सों विचों पटियाले 12 दरी गार्डन पढ़न जाते सी। उस तो अलावा घट बोलना घट खाना बाणी के रसीए मेरे माता जी मनजीत कौर इधर बैठे होने हैं वो मैं दसते सी अज सवेरे कि जदों असी घर बनाया पिता जी का बहुत शौक सी कि घर विच बाबा जी का कमरा अलग होवे उन्होंने अपना शौक पूरा किया। 18-20 साल महाराज की सवारी घरे रख के सेवा की बहुत सारे बाणी उन्होंने जबानी याद सी कदे किसी काम तो लेट नहीं होंदे सी बहुत इंटेलीजेंट सी बहुत कुछ वो ऑब्जरवेशन नाल ही सीख लेंदे सी दूजे नूं काम देख दूजे दे काम देख देख के आप ऑब्जर्व करके बहुत क्विकली वेरी क्विक लर्नर। साध संगत जी मैं आस्ट्रेलिया तो हर रोज़ उन्होंने फोन करता सी मैं मस्त मस्त के उन्होंने कदे कहना सत श्री अकाल पिता जी कदे कहना सत श्री अकाल पापा जी कदे कहना सत श्री अकाल डैडी जी अगे उन्होंने भी बड़े 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 प्यार नाल मैनू कहना हाँ जतेंद्रपाल सिंह मैं तेरे फोन का इंतजार कर रहा सी। फिर असी हर रोज़ दरबार साहब का वाक विचारदे सी ते मैं पापा जी नूं कोई ना कोई उन्हां दी पुरानी याद दिला दिंदा सी पुरानी नौकरी वेले दी जां कोई होर ते ओह फिर उन्हां नूं बड़ी खुशी हुंदी सी उन्हां दा सारा दिन बहुत वधिया निकलदा सी। मैं भी हर रोज़ अलार्म ला के रखदा सी कदे नागा नहीं पाउंदा सी फोन करन ते कुछ सालां तों मेरे पिता जी नाल मेरे संबंध दोस्तां वांगू हो गए सन मैनू बहुत आनंद आता से उन्होंने गल करके काश मैं भी अपने डैडी वर्गा बन सका। इस मौके पर मैं तीन इंसानों वर्णन करना चाहता हाँ अकनोलेज करना चाहता हाँ सब तो पहला मेरे मम्मी मनजीत कौर जो कि मेरे डैडी नाल बड़ा साथ दिता मोढ़े नाल मोढ़ा जोड़ के डैडी नूं पढ़न अते तरक्की दे मौके दिते टाइम दिता सानू बच्चों नूं संभालिया प्यार दिता जदों सख्ताई की लोड़ सी सख्ताई भी की सहुरे घर की बहुत वड्डी कबीलदारी सी उह नजिठी मेरे मम्मी मनजीत कौर बहुत बहुत सुलझे हुए बहुत सियानी सियानी लेडी है मेरा उन्होंने बहुत बहुत मैं पैरी पहनना अपने मम्मी दे। उस तो अलावा मेरे वड्डे वीर जी डॉक्टर प्रितपाल सिंह बिल्कुल सरवन पुत्र वांग उन्होंने मेरे डैडी की सेवा की मैं बाहर रहिंदा होया ज़्यादा फिजिकली हेल्प नहीं कर सकिया पर वीर जी ने कदे मत्थे बट नहीं पाया। पिछले 2-3 सालों तो पिता जी बीमार चल रहे सी थोड़े इरीटेबल भी हो गए सी वारी वारी बुलाते सी कदे फोन करते सी वीर जी हमेशा हाँ जी आया जी एक मिनट भी इन्होंने कदे कोई उन्होंने उन्हां दी गल नहीं मोड़ी। इतों तक कि पिता जी ने दम भी वीर जी की बाहों में तोड़िया मैं तो कहना दोनों प्यो पुत्र बहुत बहुत भागा वाले हैं
उस तो अलावा मेरे ब्रदर इन लॉ डॉक्टर गुरमीत सिंह पुरबा, मेरे पिता जी उन्होंने बहुत बहुत मानते सन, बहुत विश्वास करते सन उन्होंने। डॉक्टर साहब की गल पिता जी बहुत अच्छी लगती सी। मैनू तो इदा लगता भी पिता जी की लास्ट दो तीन साल जी उम्र डॉक्टर गुरमीत सिंह की हौसला बधाई करके ही बढ़ गई। पिता जी भगतों वांगू इस दुनिया विचों गए हैं, उन्होंने कोई वड्डी तकलीफ नहीं हुई। खिड़ी फुलवाड़ी विचों गए हैं, साढ़े पिता जी हमेशा जिंदा रहेंगे साड़िया सोचा विच, साड़िया यादा विच। उन्होंने पाए पूरने अते दर्शाए मार असी हमेशा याद रखांगे, आउंदियां पीढ़ियां नूं भी दसांगे अते होर अगे वधांगे। परमात्मा अगे मैं बेनती करदा मेरे पिता जी नूं अपने चरणों विच निवास बख्शन। इन्ना कहिंदा होया मैं तुहानूं दसना चाहुंदा कि मेरे तो बाद दो बुलारे होर हन। एक तां मेरी भतीजी डॉक्टर प्रितपाल सिंह दी बेटी, कुछ मिनटां लई तुहाडे नाल वह भी श्रद्धांजलि भेंट करना चाहती है अपने दादा जी नूं। उस तो बाद मेरे पिता जी दे 62 साल 62 ईयर्स ओल्ड फ्रेंड कर्नल रिटायर्ड कर्नल हरकरण सिंह सिंघा, वह कुछ मिनट तुहाडे लैणगे, प्लीज़ सबर रखो ते विचार सुन के जायो। पहला मैं अपनी भतीजी नूं बुलाऊंगा, बलजोत कौर। वाहिगुरू जी का खालसा, वाहिगुरू जी की फतेह। सारिआं नूं सति श्री अकाल मेरे वल्लों। वाहिगुरू जी का खालसा, वाहिगुरू जी की फतेह। अज असीं सारे इकट्ठे होए हां साडे दादा जी नूं अंतिम विदाई देण लई। असीं एज ग्रैंड चिल्ड्रन वट मोस्ट इंपोर्टेंट वैल्यूज जिहड़ियां असीं उन्हां तों सिखियां वॉज डिसिपलिन, हार्डवर्क, एक एजुकेशन की इंपोर्टेंस की है लाइफ। इट वॉज बिकॉज ऑफ हिम असीं अज जे कुछ जिंदगी अचीव कर सके हाँ या अगे करांगे, तो उन्हां वल्लों रखी गई फाउंडेशन या नींव करके ही असी अज जिंदगी जिथे भी खड़े हाँ उत्थे हैगे हाँ। असी सिर्फ उस ऑपरचुनिटीज़ नूं यूज़ किया जिहड़ियां सानूं प्रोवाइड कीतियां ने, सानूं मिलियां ने। सानूं अपनियां बचपन दियां स्टोरीज सुनाउंदे हुंदे सी किवें हिज ट्रांजिशन फ्रॉम बीइंग अ लास्ट बेंचर इन क्लास टू 27 ईयर्स दी एज जो डिस्ट्रिक्ट ट्रेजरी ऑफिसर बन गए सीगे, एंड देन ही रिटायर्ड एज डायरेक्टर फाइनेंस डिपार्टमेंट। सो उन्हां दियां घर दे हालात या नूं उन्होंने फाइट किया, तो उन्होंने अपनी जिंदगी बहुत ज़्यादा तरक्की की, विच इज़ अ डीप सोर्स ऑफ इंस्पीरेशन ते मोटिवेशन साढ़े लिए। अगे उन्होंने साड़ी दादी जी नाल रल के एक घर बनाया, सानू एक घर दिता, एक परिवार दिता, हाउ टू लिव इन अ जॉइंट फैमिली, छोटी छोटी एडजस्टमेंट्स करनिया, द वैल्यूज ऑफ लविंग केयर करनी, एक दूजे की शेयरिंग करना एक दूजे नाल। इट्स बिकॉज ऑफ आर ग्रैंड पेरेंट्स असी ये सब कुछ सीख सके हाँ। फिजिकली चाहे वह साढ़े नाल अज नहीं है, बट उन्हां दी वैल्यूज, उन्हां दी टीचिंग्स, वी विल ऑलवेज कीप इट अलाइव। ते इट्स अ प्रोमिस टू हिम कि असी उन्होंने साढ़े ते मान रहेगा, तो असी हमेशा उन्हों का नाम ना ही रोशन करते रहेंगे। वाहिगुरू जी का खालसा, वाहिगुरू जी की फतेह। पापा जी दे दोस्त रिटायर्ड कर्नल हरकरण सिंह सिंघा साहब नूं के आके कुछ मिनटां लई तुहाडे नाल अपने विचार सांझे करन। कर्नल साहब, जुगो जुगो टल श्री गुरु ग्रंथ साहब जी की गोदी विच बैठी साध संगत जी, वाहिगुरू जी का खालसा, वाहिगुरू जी की फतेह। तुहानूं सरदार गुरचरण सिंह दे बारे उन्हां दे बेटे ने, उन्हां दी ग्रैंड डॉटर ने दस्सिया है काफ़ी। मैं इस चीज़ वाल जिहड़ा हैगा थोड़ा जिहा कट जावांगा, पर मैं उस चीज़ वाल जावांगा कि उन्होंने अपनी जिंदगी की कीता। एक अंग्रेजी की कहावत है कि हू वाज ही व्हाट डिड ही डू, कौन सी पहचान की सी और जिंदगी की कीता। और नाल ही उहदे वी है कि डजंट मैटर हू आर यू, इट मैटर व्हाट यू डू। ये कोई गल नहीं है कि तुसीं कौन हो, बड़े जो बड़े बहुत बड़े बन गए हो या किस तरह के हो, यह मैटर नहीं करता। मैटर यह करता भी तुसीं कीता की है।
ਸਰ ਗੁਰਚਰਨ ਸਿੰਘ ਨੂੰ ਮੈਂ ਪਹਿਲੀ ਦਫ਼ਾ ਮਿਲਿਆ ਸੀ ਪਟਿਆਲੇ ਜਦੋਂ ਅਸੀਂ ਦੋਨੋਂ ਰਿਸਰਚ ਟੈਕਨੀਸ਼ੀਅਨ ਸਿਲੈਕਟ ਹੋਏ ਸੀ ਗੌਰਮੈਂਟ ਮੈਡੀਕਲ ਕਾਲਜ ਦੇ ਵਿੱਚ। ਉਹ ਜਿਹੜੀ ਸੀਗੀ ਮਿਲਾਪ ਬਾਅਦ 'ਚ ਦੋਸਤੀ ਵਿੱਚ ਭਾਈਚਾਰੇ ਵਿੱਚ ਔਰ ਬਿਲਕੁਲ ਭਰਾਵਾਂ ਵਾਲੀ ਗੱਲ ਜਿਹੜੀ ਹੈ ਉਹ 'ਚ ਹੋ ਗਿਆ। ਅੱਜ 62 ਸਾਲ ਉਸ ਚੀਜ਼ ਨੂੰ ਹੋ ਗਏ ਨੇ। ਉਹ ਸਿਰਫ 12ਵੀਂ ਪਾਸ ਕਰਕੇ ਆਏ ਸੀ, ਬਾਅਦ ਦੇ ਵਿੱਚ ਗ੍ਰੈਜੂਏਸ਼ਨ ਕੀਤੀ, MA ਕੀਤੀ, LLB ਕੀਤੀ ਔਰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਕੀਤਾ। ਇਹ ਅੱਜ ਦੀ ਪੀੜ੍ਹੀ ਨੂੰ ਦੱਸਣ ਵਾਸਤੇ ਹੈ ਕਿ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰੀ ਓਪਰਚੁਨਿਟੀਜ਼ ਹੈ ਅਗਰ ਤੁਸੀਂ ਮਨ ਲਗਾ ਕੇ ਕੁਛ ਕਰਨਾ ਚਾਹੁੰਦੇ ਹੋ। ਸਰਵਿਸ ਜਿਹੜੀ ਅਸੀਂ ਸਟਾਰਟ ਕੀਤੀ ਸੀ ਅੱਜ ਕੱਲ੍ਹ ਦੇ ਲਿਹਾਜ਼ ਦੇ ਨਾਲ ਉਹ ਕੁਛ ਵੀ ਨਹੀਂ ਸੀ, 120 ਰੁਪਏ ਮਹੀਨਾ ਸੀ। ਪਰ ਉਸ ਵੇਲੇ ਇਹ ਵੀ ਸੀਗਾ ਕਿ ਪੈਪਸੂ ਦੇ ਜਿਹੜਾ ਕਲੈਰੀਕਲ ਕਾਡਰ ਸੀ ਉਹਨੂੰ 40 ਰੁਪਏ ਮਿਲਦੇ ਹੁੰਦੇ ਸੀ, ਪੰਜਾਬ ਦੇ ਕਲੈਰੀਕਲ ਕਾਡਰ ਨੂੰ 60 ਰੁਪਏ ਮਿਲਦੇ ਹੁੰਦੇ ਸੀ, ਪੈਪਸੂ ਦੇ ਕਾਲਜ ਦੇ ਲੈਕਚਰਰ ਨੂੰ 150 ਰੁਪਏ ਮਿਲਦੇ ਸੀ, ਪੰਜਾਬ ਦੇ 180 ਰੁਪਏ ਮਿਲਦੇ ਸੀ। ਉਸ ਹਿਸਾਬ ਨਾਲ ਨੌਕਰੀ ਜ਼ਿਆਦਾ ਮਾੜੀ ਵੀ ਨਹੀਂ ਸੀ। ਲੇਕਿਨ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਗ੍ਰੈਜੂਏਸ਼ਨ ਕਰ ਲਈ, ਬਾਅਦ 'ਚ MA ਕਰ ਲਈ, ਮੈਂ ਉਸ ਵੇਲੇ ਤੱਕ ਜਿਹੜਾ ਹੈਗਾ ਆਰਮੀ ਦੇ ਵਿੱਚ ਚਲਾ ਗਿਆ ਸੀ, ਮੈਂ ਕੈਪਟਨ ਬਣ ਗਿਆ ਸੀ। ਪਰ ਮੇਰਾ ਆਉਣਾ ਜਾਣਾ ਇਹਨਾਂ ਦੇ ਕੋਲ ਸੀ। ਮੈਂ ਇਹਨਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਜਿਹੜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਨੌਕਰੀ ਹੈ ਉਹਦੇ ਵਿੱਚ ਹੀ ਅਪਲਾਈ ਕਰੋ, ਛੋਟੀ ਮੋਟੀ 'ਚ ਨਹੀਂ ਕਰੋ। ਉਹਨਾਂ ਨੇ ਉਹੀ ਕੀਤਾ। ਪਹਿਲਾਂ ਇੱਕਦਮ ਅਸਿਸਟੈਂਟ ਰੇਡੀਓ ਅਫਸਰ ਸਿਲੈਕਟ ਹੋਏ, ਵਿਦਇਨ 1 ਈਅਰ ਦੁਬਾਰਾ ਡਿਸਟ੍ਰਿਕਟ ਰੇਡੀਓ ਅਫਸਰ ਦੀ ਪੋਸਟ ਨਿਕਲੀ, ਉਹਦੇ ਵਿੱਚ ਗਏ, ਉਹਦੇ ਵਿੱਚ 10-12 ਸਾਲ ਸਰਵਿਸ ਕੀਤੀ। ਉਦੋਂ ਟ੍ਰੇਡੀ ਅਫਸਰ ਦੀ ਇਹੀ ਹੁੰਦੀ ਸੀ ਵੀ ਜਿਹੜਾ ਟ੍ਰੇਡੀ ਅਫਸਰ ਬਣ ਗਿਆ ਰਿਟਾਇਰ ਵੀ ਟ੍ਰੇਡੀ ਅਫਸਰ ਹੀ ਹੋਏਗਾ, ਕੋਈ ਪ੍ਰਮੋਸ਼ਨ ਨਹੀਂ ਹੁੰਦੀ ਸੀ। ਪਰ ਫਿਰ ਪਰਮਾਤਮਾ ਦੀ ਕਿਰਪਾ ਹੋਈ ਕਿ AG ਬ੍ਰਾਂਚ ਔਰ ਟ੍ਰੇਡੀ ਦਾ ਜਿਹੜਾ ਹੈਗਾ ਇੱਕ ਕਾਡਰ ਕਰਤਾ ਗਿਆ, ਉੱਧਰੋਂ ਅਕਾਊਂਟਸ ਅਫਸਰ, ਇੱਧਰੋਂ ਟ੍ਰੇਡੀ ਅਫਸਰ, ਸੀਨੀਅਰ ਅਕਾਊਂਟਸ ਅਫਸਰ ਬਣਨ ਲੱਗ ਗਏ। ਸੀਨੀਅਰ ਅਕਾਊਂਟਸ ਅਫਸਰ ਬਣੇ, ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਬਣੇ, ਉਸ ਤੋਂ ਬਾਅਦ ਜੁਆਇੰਟ ਡਾਇਰੈਕਟਰ ਬਣੇ, ਉਸ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਬਣੇ, ਉਸ ਤੋਂ ਬਾਅਦ ਡਾਇਰੈਕਟਰ ਬਣੇ। ਉਹਨਾਂ ਤੋਂ ਉੱਪਰ ਹੁਣ ਸਿਰਫ ਜੁਆਇੰਟ ਸੈਕਟਰੀ ਫਾਈਨਾਂਸ ਐਂਡ ਅਕਾਊਂਟਸ IAS ਅਫਸਰ ਸੀਗਾ। ਇਹ ਦੱਸਣ ਲਈ ਕਿ ਉਹਨਾਂ ਨੇ ਕੀ ਕੀਤਾ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਕਿ ਕਿੱਥੋਂ ਤੁਰੇ, ਜ਼ਮੀਨ ਤੋਂ ਚੱਲ ਕੇ ਕਿੱਥੇ ਪਹੁੰਚੇ। ਅਗਰ ਤੁਹਾਡੇ ਦੇ ਵਿੱਚ ਕੰਮ ਕਰਨ ਦੀ ਤਾਕਤ ਹੈ ਇਮਾਨਦਾਰੀ ਨਾਲ, ਦਿਆਨਦਾਰੀ ਦੇ ਨਾਲ, ਔਰ ਅੱਗੇ ਉਸ ਵੇਲੇ ਓਪਰਚੁਨਿਟੀ ਵੀ ਸੀਗੀਆਂ, ਅੱਜ ਉਦੋਂ ਜ਼ਿਆਦਾ ਹੈ। ਸਾਡੀ ਜਿਹੜੀ ਅੱਜ ਕੱਲ੍ਹ ਪੀੜ੍ਹੀ ਹੈਗੀ ਹੈ ਕੁਛ ਰਸਤੇ ਬਿਖਰਦੀ ਜਾਂਦੀ ਹੈ ਕਿ ਸਾਨੂੰ ਕੋਈ ਓਪਰਚੁਨਿਟੀ ਨਹੀਂ। ਓਪਰਚੁਨਿਟੀ ਇਸ ਵੇਲੇ ਵੀ ਬਹੁਤ ਹੈਗੀਆਂ ਅਤੇ ਉਹਨਾਂ ਦਾ ਜਿਹੜਾ ਹੈਗਾ ਦੂਸਰੀ ਚੀਜ਼, ਉਹਨਾਂ ਨੇ ਆਪਣੀ ਤਨਖਾਹ 'ਚੋਂ ਆਪਣੇ ਆਪ ਦੇ ਉੱਤੇ ਇਨਵੈਸਟ ਕੀਤਾ। ਕਿਉਂ? ਜਦੋਂ ਵੀ ਕੋਈ ਕੋਰਸ ਕਰਨਾ ਤੁਸੀਂ ਉੱਤੇ ਪੈਸਾ ਖਰਚ ਹੁੰਦਾ, ਉੱਤੇ ਟਾਈਮ ਲੱਗਦਾ, ਆਪਣੇ ਆਪ 'ਤੇ ਇਨਵੈਸਟ ਕੀਤਾ। ਉਹ ਇਨਵੈਸਟਮੈਂਟ ਨੇ ਜ਼ਿਆਦਾ ਫਾਇਦਾ ਦਿੱਤਾ। ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਆਪਣੀ ਵਕਾਲਤ ਵੀ ਕੀਤੀ ਕੁਛ ਸਾਲ, ਔਰ ਕਿਉਂਕਿ ਉਹ ਕੁਆਲੀਫਾਈਡ ਸੀਗੇ ਅਤੇ ਬੱਚਿਆਂ 'ਚ ਇਨਵੈਸਟ ਕੀਤਾ, ਬੱਚਿਆਂ ਨੂੰ ਵੈਲਿਊ ਦਿੱਤੀਆਂ ਜਿਹੜੀਆਂ ਅੱਜ ਕੱਲ੍ਹ 'ਤੇ ਬਹੁਤ ਘੱਟ ਹੋ ਰਹੀਆਂ ਹੈਗੀਆਂ। ਬੱਚਿਆਂ ਤੋਂ ਬਾਅਦ ਗ੍ਰੈਂਡ ਚਿਲਡਰਨ ਦੇ ਵਿੱਚ ਇਹ ਬੜੀ ਬਹੁਤ ਹੀ ਅਚੀਵਮੈਂਟ ਹੈ, ਬੱਚਿਆਂ ਦੀ ਵੀ ਹੈ, ਉਹਨਾਂ ਦੇ ਬੱਚਿਆਂ ਦੀ ਵੀ ਹੈ, ਗ੍ਰੈਂਡ ਚਿਲਡਰਨ ਦੀ ਵੀ ਹੈ ਕਿ 5 ਦੇ 5 ਬੱਚੇ ਡਾਕਟਰ ਬਣ ਰਹੇ ਹੈ। ਵੱਡੀ ਕੁੜੀ ਜਿਹੜੀ ਤੁਹਾਡੇ ਕੋਲ ਹੁਣ ਦੱਸ ਕੇ ਗਈ ਹੈ ਉਹ ਵੀ ਇੱਕ MD ਹੈ ਔਰ ਇੱਕ MD ਮੁੰਡੇ ਦੇ ਨਾਲ ਹੀ ਉਹਨਾਂ ਦੀ ਮੈਰਿਜ ਹੋਈ ਹੈ। ਔਰ AIIMS ਦਿੱਲੀ ਦਾ ਸਭ ਤੋਂ ਬੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਉਹ ਲੱਗੇ ਹੋਏ ਨੇ। ਇਹ ਜਿਹੜੀ ਚੀਜ਼ ਹੈ ਕਿ ਇਨਵੈਸਟਮੈਂਟ ਆਪਣੇ ਆਪ 'ਤੇ ਕਰਨੀ, ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਉੱਪਰ ਖਰਚਾ ਕਰਨਾ ਦਿਮਾਗ 'ਤੇ, ਇੱਥੋਂ ਥੱਲੇ ਨਹੀਂ ਦਿਮਾਗ 'ਤੇ, ਕਿ ਉਹਦੀ ਜਿਹੜੀ ਉਹ ਇਨਵੈਸਟਮੈਂਟ ਜਿਹੜੀ ਹੈ ਉਹ ਖਾਲੀ ਨਹੀਂ ਜਾਂਦੀ। ਸਾਧ ਸੰਗਤ ਜੀ, ਅੱਜ ਦੀ ਪੀੜ੍ਹੀ ਨੂੰ, ਅੱਜ ਦੀ ਪੀੜ੍ਹੀ ਨੂੰ ਮੈਂ ਇਹ ਕਹਿੰਦਾ ਕਿ ਇੱਦਾਂ ਦੇ ਬੰਦਿਆਂ ਤੋਂ ਸਬਕ ਲਓ ਜਿਹੜੇ ਕਿੱਥੋਂ ਟੁੱਲੇ ਕਿੱਥੇ ਪਹੁੰਚੇ, ਸਿਰਫ ਇਮਾਨਦਾਰੀ ਔਰ ਮਿਹਨਤ ਦੇ ਨਾਲ। ਔਰ ਇਸ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਓਪਰਚੁਨਿਟੀ ਦੀ ਕੋਈ ਕਮੀ ਨਹੀਂ ਹੈਗੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਤਿੰਦਰਪਾਲ ਸਿੰਘ ਜੀ, ਉਹਨਾਂ ਦੇ ਵਿਚਕਾਰਲੇ ਸਪੁੱਤਰ ਜੋ ਆਸਟ੍ਰੇਲੀਆ 'ਚ ਰਹਿੰਦੇ ਨੇ, ਆਏ ਹੋਏ ਨੇ, ਡਾਇਸ ਤੋਂ ਬੋਲਦੇ ਬੋਲਦੇ ਭਾਵੁਕ ਹੋਏ। ਉਹਨਾਂ ਦਾ ਭਾਵੁਕ ਹੋਣਾ ਵਾਜਬ ਹੈ ਕਿਉਂਕਿ ਅਜਿਹੀਆਂ ਗੱਲਾਂ ਚੇਤੇ ਆਉਂਦੀਆਂ ਹਨ ਬਚਪਨ ਦੀਆਂ
बीते समय दियाँ जदों पिता ने पुत्र नूं उंगली फड़ के चलाउणा चलना संभलना अते जीवन जांच दे गुर दित्ते हुंदे ने। उन्हां दी पोतरी डॉक्टर गुरपाल सिंह जी दी बेटी बड़े ही थरमे दे विच बड़ियां वधिया गल्लां सानूं दस के गए कि किस तरह सानूं दादा जी ने वैल्यू साढ़े विच इंटरग्रेट कीतियां अते उन्हां ते पहरा दिंदे हुए परिवार सफलतापूर्वक निम्रतापूर्वक समाज दे विच अगे वध रहा है। समुची गुरद्वारा साहिब की प्रबंधक कमेटी और परिवार वालों आईया संगतों का धन्यवाद करते हाँ। साढ़े मौजूदा काउंसलर श्रीमती अमृतवर्षा रामपाल जी और उन्होंने पति बी के रामपाल जी मौजूद ने, परिवार वालों उन्हों का भी धन्यवाद करते हाँ। सबका काउंसलर भुपिंदर सिंह पिंदा साढ़े हाजिर ने, परिवार वालों उन्हों का भी धन्यवाद किया जाता है। हुण सरदार गुरजंत सिंह जी के वड्डे सपुत्र डॉक्टर प्रितपाल सिंह जी गुरद्वारा साहिब वालों दस्तार भेंट की जानी है। मैं बेनती करता हाँ जतेंद्र सिंह जी संधु और महेंद्र सिंह जी गरेवाल जो गुरद्वारा साहिब की प्रबंधक कमेटी के मैंबर हैं उन्होंने दस्तार भेंट करेंगे। डॉक्टर प्रितपाल सिंह जी अगे आ जाण कृपा करके ईमानदारी परिवार इस तरह समाज में जी करता रहे अभी परमात्मा इन्हों चढ़ती कला बख्शे। बोले सो निहाल। सो आईया संगतों एक बार बेनती करते हैं कि कड़ा प्रसाद दिए गए उपरंत उपर भाई कन्हैया हाल के गुरु का लंगर चल रहा है। जिन्हें संगत ने लंगर नहीं छकिया वो छक के जाएंगे। वाहेगुरु जी का खालसा वाहेगुरु जी। माफ करना पंजाब स्टेट वैटनरी ऑफिसर एसोसीएशन वालों एक शोक मता जो सानू प्राप्त होया है उसके जिते परिवार के नाल हमदर्दी अपना स्नेह प्रकट करते हैं उत्थे विचली आत्मा चलता देखकर फुल भेट करते हैं। उन्हों का भी बहुत बहुत धन्यवाद। वाहिगुरु जी का खालसा वाहिगुरु जी का वाहेगुरु वाहेगुरु का खालसा वाहेगुरु।